ਪਤਾ ਸੀਗਾ। ਤੇ ਬਾਕੀ ਪਾਕਿਸਤਾਨ ਨਾਲ ਦਿਲੋਂ ਸਲੂਟ ਆ ਉਹਨਾਂ ਨੂੰ ਜਿਨ੍ਹਾਂ ਨੇ ਚਲੋ। ਹੈਲੋ, ਕੀ ਹਾਲ ਚਾਲ ਨੇ ਦੋਸਤੋ, ਸਾਰੇ ਠੀਕ ਠਾਕ ਹੋ? ਅੱਜ ਅਸੀਂ ਲੈ ਕੇ ਆਏ ਸ਼੍ਰੀ ਬਰਾੜ ਦਾ ਗਾਣਾ ਪੰਜਾਬ, ਤੇ ਗਾਣਾ 2 ਮਿੰਟ ਦਾ ਹੀ ਆ, ਤੇ ਮੈਨੂੰ ਲੱਗਦਾ ਕਾਫੀ ਕੁਛ ਵਿੱਚ ਲਿਖਿਆ ਉਸ ਸੌਂਗ ਤੇ, ਤੇ ਅੱਜ ਹੀ ਸੌਂਗ ਆਇਆ, ਥੋੜਾ ਕੁ ਟਾਈਮ ਪਹਿਲਾਂ ਹੀ ਆਇਆ ਵਾ। ਤੇ ਅਸੀਂ ਕਿਹਾ ਵੀ ਪੰਜਾਬ ਦਾ ਨਾਮ ਆਇਆ, ਸੌਂਗ ਦਾ ਨਾਮ ਹੀ ਟਾਈਟਲ ਪੰਜਾਬ ਆ, ਤੇ ਸ਼ਾਇਦ ਕੁਛ ਹੋਊਗਾ ਵਧੀਆ ਕੁਛ ਲਿਖਿਆ ਹੋ ਸਕਦਾ, ਹੁਣ ਵਾਲੇ ਜਿਹੜੇ ਹੜ ਆਏ ਉਹਨਾਂ ਤੇ ਕੁਛ ਨਾ ਕੁਛ ਉਹ ਚੀਜ਼ ਬਿਆਨ ਕੀਤੀ ਹੋਵੇ। ਬਾਕੀ ਸੁਣਦੇ ਆ ਗਾਣਾ, ਅੱਜ ਸ਼ੁਰੂ ਕਰਦੇ ਆ। ਹਰ ਬਾਰੀ ਪੰਜਾਬ ਨੂੰ ਹੀ ਕਿਹੜਾ ਖੜਾ ਨੂੰ ਮੋੜ ਦਿੰਦਾ, ਗੋਡੀਆਂ ਤੇ ਉੱਠਦੇ ਹੈ ਕਿਹੜਾ ਲੱਕ ਤੋਂ ਤੋੜ ਦਿੰਦਾ, ਬੰਨ ਖੋਲ ਕੇ ਮੌਤ ਦਾ ਨੀ ਕੌਣ ਬਰਬੰਦ ਕਰ ਦਿੰਦਾ ਹੈ, ਅੱਗੇ ਰਾਜਸਥਾਨ ਜਾਂਦੀਆਂ ਨੂੰ ਕਿਹੜਾ ਬੰਦ ਕਰ ਦਿੰਦਾ, ਬਸ ਬੈਠੇ ਚੈਨਲਾਂ ਤੇ ਇਹ ਤਮਾਸ਼ਾ ਦੇਖਦੇ ਐ, ਵਜੋਂ ਨਹੀਂ ਆਉਂਦੇ ਸਾਡੀਆਂ ਲਾਸ਼ਾਂ ਦੇਖਦੇ ਐ, ਹੁਣ ਬਾਹ ਦੇ ਕੇ ਲੈਣਾ ਹੈ ਜਵਾਬ ਤੁਹਾਡੇ ਤੋਂ, ਖਾਂਦਾ ਮੰਗ ਕੇ ਨੀ ਦੱਲਿਓ ਪੰਜਾਬ ਤੁਹਾਡੇ, ਬੜਾ ਕੁਝ ਕਰ ਦਿੱਤਾ ਸਾਫ, ਹਿੱਕਾਂ ਤੋਂ ਪਾਣੀ ਦੀਆਂ ਲੰਘਦੀਆਂ ਲਹਿਰਾਂ ਨੇ, ਸ਼੍ਰੀ ਬਰਾੜਾ ਦੁੱਖ ਐਸੇ ਗੱਲ ਦਾ, ਸਾਡੇ ਆਪਣੇ ਪੇੜਗੇ ਬੂਹੇ ਤੇ ਬੂਹੇ ਖੋਲਤੇ ਗੈਰਾਂ ਨੇ, ਸਾਡੇ ਆਪਣੇ ਪੇੜਗੇ ਬੂਹੇ ਤੇ ਬੂਹੇ ਖੋਲਤੇ ਗੈਰਾਂ ਨੇ। ਕਿੱਥੇ ਗੱਲ ਕਰ ਗਿਆ ਨਾ ਬੰਦਾ, ਹੈ ਨਾ, ਸਮਝਿਆ ਕੁਛ ਉਹਦੀ ਗੱਲ? ਹਾਂ, ਯਾਰ ਕਿੱਡੀ ਗੱਲ ਕਰ ਗਿਆ ਬੰਦਾ, ਹੈ ਨਾ, 2 ਮਿੰਟ ਚ, 1.5 ਮਿੰਟ ਚ, ਹੈ ਨਾ, ਕਿੱਡੀਆਂ 2-4 ਗੱਲਾਂ ਜਿਹੜੀਆਂ ਮੇਨ ਮੇਨ ਉਹ ਸਾਰੀਆਂ ਕਰ ਗਿਆ। ਕਈ ਬੰਦਿਆਂ ਸਿੱਧਾ ਚਪੇੜਾਂ ਹੀ ਮੂੰਹ ਤੇ ਜਿਹੜੀ ਗੱਲ ਕਹਿਤੀ, ਹੈ ਨਾ, ਤੇ ਕਹਿੰਦਾ ਵੀ ਜਦੋਂ ਉਦਾਂ ਤੁਸੀਂ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਆ ਕਿਹੜਾ ਗੇਟ ਖੋਲ ਦਿੰਦਾ, ਸਮਝੋ ਬਾਹਰ ਰਾਜਸਥਾਨ ਵਾਲੀਆਂ ਨਹਿਰਾਂ ਬੰਦ ਹੋ ਜਾਂਦੀਆਂ, ਤੇ ਜਿਹੜੇ ਚੈਨਲ ਵਾਲੇ ਆ ਉਹ ਸਿਰਫ ਬੈਠ ਕੇ ਤਮਾਸ਼ਾ ਦੇਖਦੇ ਆ, ਸਾਡੀਆਂ ਲਾਸ਼ਾਂ ਦਾ ਬਚਾਉਣ ਕੋਈ ਨਹੀਂ ਆਉਂਦਾ ਹੈਗਾ। ਕਹਿੰਦਾ ਆਪਦੇ ਜਿਹੜੇ ਹੈਗੇ ਆ ਉਹ ਪਿੱਠ ਦਿਖਾ ਦਿੰਦੇ ਆ, ਪਰ ਜਿਹੜੇ ਬਗਾਨੇ ਹੁੰਦੇ ਨੇ ਉਹ ਸਾਥ ਦੇ ਜਾਂਦੇ ਆ, ਜਿਵੇਂ ਪਾਕਿਸਤਾਨ ਨੇ ਸਾਥ ਦਿੱਤਾ, ਹੁਣ ਪਾਕਿਸਤਾਨ ਵਾਲਿਆਂ ਨੇ ਗੇਟ ਖੋਲਿਆ, ਹੈ ਨਾ, ਤੇ ਕਿੰਨਾ ਸਹਾਰਾ ਮਿਲਿਆ ਵਾ, ਉਮੀਦ ਵੀ ਨੀ ਸੀਗੀ, ਹੈ ਨਾ, ਉਮੀਦ ਨੀ ਸੀਗੀ, ਹੁਣ ਜਿਹੜਾ ਪਾਣੀ ਕਰਕੇ ਇੰਨਾ ਰੌਲਾ ਪਾਉਂਦੇ ਸੀਗੇ, ਤੇ ਉਹਨਾਂ ਨੇ ਨਹੀਂ, ਬਹੁਤ ਵੱਡਾ ਏਰੀਆ ਉਹਨਾਂ ਦਾ, ਕਿਹੜਾ ਆਪਾਂ ਜਿਹਨਾਂ ਦੀ ਗੱਲ ਕਰਦੇ ਤੁਹਾਨੂੰ ਪਤਾ ਹੀ ਆ, ਬਹੁਤ ਵੱਡਾ ਏਰੀਆ ਵਾ, ਤੇ ਕਿਵੇਂ ਕਿਵੇਂ ਡਿਵਾਈਡ ਹੋ ਜਾਂਦਾ ਪਾਣੀ, ਏਦਾਂ ਨੀ ਕਿ ਲੋਕਾਂ ਨੂੰ ਨੁਕਸਾਨ ਹੁੰਦਾ, ਸ਼ਾਇਦ ਕੁਛ ਮੇਰੇ ਹਿਸਾਬ ਨਾਲ ਕੋਈ ਨੁਕਸਾਨ ਹੋਣਾ ਹੀ ਲੋਕਾਂ ਨੂੰ, ਤੇ ਜਿੱਥੋਂ ਤੱਕ ਪਾਣੀ ਚੱਲੇ ਜਾਂਦਾ ਤਾਂ ਉਹ ਕਾਫੀ ਵੱਡੇ ਵੱਡੇ ਏਰੀਆ, ਉੱਧਰ ਜਿਵੇਂ ਰਾਜਸਥਾਨ ਚ ਲਾ ਲਓ ਚਾਹੇ ਹਰਿਆਣੇ ਚ ਲਾ ਲਓ, ਕਾਫੀ ਵੱਡੇ ਏਰੀਏ ਨੇ, ਤਾਂ ਬਹੁਤ ਬਚਾਅ ਹੋ ਸਕਦਾ, ਬਹੁਤ ਬਚਾਅ ਹੋ ਸਕਦਾ ਸੀਗਾ। ਤੇ ਬਾਕੀ ਪਾਕਿਸਤਾਨ ਨਾਲ ਦਿਲੋਂ ਸਲੂਟ ਆ ਉਹਨਾਂ ਨੂੰ ਜਿਨ੍ਹਾਂ ਨੇ ਚਲੋ ਗੇਟ ਖੋਲਿਆ, ਤੇ ਪੰਜਾਬ ਬਾਰੇ ਜਿੱਦਾਂ ਮਰਜ਼ੀ ਸੋਚਿਆ, ਸੋਚਿਆ ਤਾਂ ਹੈ, ਪਹਿਲਾਂ ਵੀ ਹਮੇਸ਼ਾ ਉਹਨਾਂ ਨੇ ਬਹੁਤ ਵਾਰ ਸੋਚਿਆ ਪਹਿਲਾਂ ਵੀ ਖੋਲਿਆ, ਕਿਉਂਕਿ ਪੰਜਾਬ ਦੀ ਵੰਡ ਹੋਈ ਆ, ਪੰਜਾਬ ਅੱਧਾ ਇੱਧਰ ਰਹਿ ਗਿਆ, ਅੱਧਾ ਉੱਧਰ ਰਹਿ ਗਿਆ, ਚੜ੍ਹਦਾ ਪੰਜਾਬੀ ਦਾ, ਪੰਜਾਬੀ ਉੱਧਰ ਪੰਜਾਬੀ ਭੈਣ ਭਰਾ ਨੇ ਸਾਰੇ ਉੱਧਰ, ਤੇ ਉਹਨਾਂ ਦਾ ਉਹਨਾਂ ਨੇ ਬਹੁਤ ਸਾਥ ਦਿੱਤਾ, ਬਿਲਕੁਲ, ਪਰ ਕਹਿੰਦਾ ਵੀ ਆਪਣਿਆਂ ਨੇ ਪਿੱਠ ਦਿਖਾਈ ਆ, ਬਗਾਨਿਆਂ ਨੇ ਸਾਥ ਦਿੱਤਾ, ਵਾਕਈ ਇਹ ਬਾਈ ਦੀ ਗੱਲ ਬਿਲਕੁਲ ਸਹੀ ਹੈ। ਜੋ ਕੀ ਨਾਮ ਹੈ ਇਹਦਾ ਨਾ, ਸ਼੍ਰੀ ਬਰਾੜ, ਸ਼੍ਰੀ ਬਰਾੜ, ਬਹੁਤ ਵਧੀਆ ਰਾਈਟਰ ਨੇ, ਕਿੰਨੇ ਵਧੀਆ, ਹੈ ਨਾ, ਰਾਈਟਿੰਗ ਕੀਤੀ ਹੈ ਬਾਈ ਨੇ, ਸਿਰਫ 2 ਮਿੰਟ ਦੀ ਗੱਲ ਦੇ ਵਿੱਚ ਵੀ ਉਹ ਸਾਰੀਆਂ ਗੱਲਾਂ ਆਉਂਦੀਆਂ ਜਿਹੜੀਆਂ ਹੈਗੀਆਂ ਕਹਿਤੀਆਂ ਉਹਨੇ, ਸਹੀ ਗੱਲ, ਸਾਰਿਆਂ ਨੂੰ ਦੱਸਤਾ, ਜਿਹੜੇ ਸਿਰਫ ਵੀਡੀਓ ਬਣਾਉਂਦੇ ਆ ਬੰਦੇ ਨੂੰ ਬਚਾਉਂਦੇ ਬਚਾਉਂਦੇ ਵੀਡੀਓ ਬਣਾਉਂਦੇ ਆ, ਵੀ ਬਸ ਉਹਨੂੰ ਸਿਰਫ ਵੀਡੀਓ ਚਾਹੀਦੇ ਆ, ਜਦੋਂ ਜਾਨ ਬਣੇ ਉਦੇ ਚਲੋ ਸ਼ੋ ਆਫ ਥੋੜੀ ਕਰਨਾ ਵਾ ਨਾ, ਬਿਲਕੁਲ ਬਿਲਕੁਲ, ਕਈ ਲਾਸ਼ਾਂ ਹੀ ਦੇਖਣ ਆਉਂਦੇ ਆ, ਸਹੀ, ਉੱਥੇ ਬੈਠੇ ਬੈਕਗ੍ਰਾਉਂਡ ਤੇ ਵੀਡੀਓ ਚਲਾਈ ਹੁੰਦੀ ਆ, ਦੱਸੀ ਜਾਂਦੇ ਰਹਿੰਦੇ ਵੀ ਆਹ ਹੋ ਗਿਆ, ਸਹੀ ਗੱਲ, ਆਪਦੇ ਆਰਾਮ ਨਾਲ ਸਟੂਡੀਓ ਦੇ ਵਿੱਚ ਬੈਠੇ, ਤੇ ਚਲੋ ਦੱਸਿਓ ਵੀਡੀਓ ਕਿੱਦਾਂ ਲੱਗੀ ਆ, ਤੇ ਗਾਣਾ ਬਹੁਤ ਸੋਹਣਾ ਸੀਗਾ, ਬਹੁਤ ਸੋਹਣਾ ਲਿਖਿਆ ਸੀ ਬਾਈ ਨੇ ਗਾਣਾ, ਹੈ ਨਾ,
ਵੀਡੀਓ ਵੀ ਉਦਾਂ ਬਣਾਈ ਸੀ, ਮਤਲਬ ਪੰਜਾਬ ਪੰਜਾਬ ਲਿਖਿਆ ਸੀਗਾ ਨਾ, ਤੇ ਉਹਦੇ ਆਇਆ ਕਿੱਦਾਂ ਬਿਜਲੀ ਕਰ ਰਹੀ ਹੈ ਸਾਰੇ ਪੰਜਾਬ ਤੇ, ਜਿਹੜਾ ਹੁਣ ਸਮਾਂ ਚੱਲ ਰਿਹਾ ਬਹੁਤ ਮਾੜਾ ਚੱਲ ਰਿਹਾ ਸਮਾਂ ਨਾ, ਹਜੇ ਵੀ ਮੌਸਮ ਅੱਜ ਵੀ ਬਹੁਤ ਖਰਾਬ, ਅੱਜ ਵੀ ਪਤਾ ਨੀ ਕੀ ਬਣਨਾ ਆ ਹਨਾ। ਹਾਂ ਸਹੀ ਗੱਲ, ਚਲੋ ਰੱਬ ਰਾਖਾ ਮਿੱਤਰੋ, ਮਿਲਦੇ ਆ ਫਿਰ, ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ।